ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਚਲਾਈ ਜਾ ਰਹੀ ਸਰਾਮਚਿਕ ਕਮੇਟੀ ਮੁਲਾਜ਼ਮ ਵੱਲੋਂ ਦਿਖਾਈ ਗਈ ਇਮਾਨਦਾਰੀ ਬਦਲੇ ਉਸ ਦਾ ਸਨਮਾਨ ਕੀਤਾ ਗਿਆ। ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੀ ਰਾਤ ਇੱਕ ਬਜ਼ੁਰਗ ਜੋੜਾ ਬੰਗਲਾ ਸਾਹਿਬ ਦੀ ਸਰਾਮ 'ਚ ਰੁਕਿਆ, ਜਿਨ੍ਹਾਂ 'ਚ ਗੰਗਾ ਰਾਮ ਹਸਪਤਾਲ ਵਿੱਚ ਡਾਕਟਰਾਂ ਨੂੰ ਦਿਖਾਉਣਾ ਸੀ। ਅੱਜ ਸਵੇਰੇ ਵਿਰਧ ਜੋੜਾ ਹਸਪਤਾਲ ਚਲਾ ਗਿਆ, ਪਰ ਉੱਥੇ ਜਾ ਕੇ ਪਤਾ ਲੱਗਾ ਕਿ ਪੈਸਿਆਂ ਵਾਲਾ ਬੈਗ ਤਾਂ ਉਹਨਾਂ ਦੇ ਕੋਲ ਹੈ ਹੀ ਨਹੀਂ। ਬਜ਼ੁਰਗ ਤੁਰੰਤ ਵਾਪਸ ਸਰਾਮ 'ਚ ਪੁੱਜੇ ਅਤੇ ਉਸਨੇ ਕਾਊਂਟਰ ਉੱਪਰ ਬੈਠੇ ਗੁਰਪ੍ਰੀਤ ਸਿੰਘ ਤੋਂ ਬੈਗ ਬਾਰੇ ਪੁੱਛਿਆ। ਗੁਰਪ੍ਰੀਤ ਸਿੰਘ ਨੇ ਉਸਦਾ ਬੈਗ ਵਾਪਸ ਕਰਦੇ ਹੋਏ ਬੈਗ ਵਿਚਲਾ ਗੁਟਕਾ ਸਾਹਿਬ ਗੁਰਦੁਆਰੇ ਵਿੱਚ ਦੇ ਦਿੱਤਾ ਅਤੇ ਪੈਸੇ ਬਜ਼ੁਰਗ ਨੂੰ ਗਿਣਾ ਕੇ ਦੇ ਦਿੱਤੇ। ਜੋ ਰਕਮ ਗੁਰਪ੍ਰੀਤ ਸਿੰਘ ਨੇ ਵਾਪਸ ਕੀਤੀ ਉਹ 6,70,000 ਰੁਪਏ ਸੀ, ਜੋ ਕਿ ਪੂਰੀ ਪਾਈ ਗਈ। ਸ਼੍ਰੀ ਭੁੱਲਰ ਨੇ ਦੱਸਿਆ ਕਿ ਕਰੀਬ ਮਹੀਨਾ ਪਹਿਲਾਂ ਵੀ ਗੁਰਪ੍ਰੀਤ ਸਿੰਘ ਨੂੰ ਬੰਗਲਾ ਸਾਹਿਬ ਦੇ ਇੱਕ ਗੁਸਲਖਾਨੇ ਵਿੱਚੋਂ ਕਰੀਬ 1.5 ਕਿਲੋ ਸੋਨਾ ਮਿਲਿਆ ਸੀ, ਜੋ ਉਹਨਾਂ ਨੇ ਪ੍ਰਬੰਧਕਾਂ ਨੂੰ ਦੇ ਦਿੱਤਾ ਸੀ। ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਅਤੇ ਸ਼੍ਰੀ ਭੁੱਲਰ ਨੇ ਹਰਜੀਤ ਸਿੰਘ ਪੱਪਾ ਨਾਲ ਮਿਲ ਕੇ ਇਸ ਮੁਲਾਜ਼ਮ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਸ਼ਾਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਪਲੋਈ ਸਰਦਾਰ ਗੁਰਪ੍ਰੀਤ ਸਿੰਘ ਹੋਣਾ ਨੇ ਇੱਕ ਐਸਾ ਕੰਮ ਕੀਤਾ, ਮੈਂ ਸਮਝਦਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਸਾਰੇ ਇੰਪਲੋਈਜ਼ ਨੇ ਉਹਨਾਂ ਦਾ ਸਿਰ ਫਕਰ ਨਾਲ ਉੱਚਾ ਹੋਇਆ। ਇੱਕ ਬਜ਼ੁਰਗ ਪਰਿਵਾਰ, ਦੋਨੋਂ ਮੀਆਂ ਬੀਬੀ ਗੁਰਦੁਆਰਾ ਬੰਗਲਾ ਸਾਹਿਬ ਦੀ ਸਰਾਂਝ ਦੇ ਵਿੱਚ ਰਹਿਣ ਆਏ, ਔਰ ਅੱਜ ਸਵੇਰੇ ਜਿਸ ਵਕਤ ਉਹਨਾਂ ਦਾ ਮੈਡੀਕਲ ਕੋਈ ਚੈੱਕਅਪ ਹੋਣਾ ਸੀ ਬਜ਼ੁਰਗਾਂ ਦਾ, ਔਰ ਉਹਨਾਂ ਨੂੰ ਲੈ ਕੇ ਜਿਸ ਤਰ੍ਹਾਂ ਹੀ ਹੋਸਪਿਟਲ ਵੱਲ ਗਏ, ਹੋਸਪਿਟਲ ਪਹੁੰਚ ਕੇ ਜਿਸ ਵਕਤ ਡਾਕਟਰ ਨੇ ਉਹਨਾਂ ਦੇ ਨਾਲ ਫੀਸ ਦੀ ਗੱਲ ਕੀਤੀ ਅਤੇ ਉਹਨਾਂ ਨੇ ਆਪਣਾ ਗਲੇ ਦੇ ਵਿੱਚ ਲੱਗਿਆ ਜਿਹੜਾ ਬੈਗ ਸੀ ਉਹਦੇ ਉੱਤੇ ਹੱਥ ਮਾਰਿਆ ਅਤੇ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹ ਬੈਗ ਉਹ ਲਿਆਉਣਾ ਭੁੱਲ ਗਏ ਜਾਂ ਉਹ ਕਿੱਥੇ ਗੁੰਮ ਹੋ ਗਿਆ, ਔਰ ਬਹੁਤ ਹੀ ਨਮੋਸ਼ੀ ਜੀ ਉਹਨਾਂ ਨੂੰ ਹੋਈ। ਉਹ ਇੱਕਦਮ ਭੱਜਦੇ ਹੋਏ ਗੁਰਦੁਆਰਾ ਸਾਹਿਬ ਪਹੁੰਚੇ, ਗੁਰਦੁਆਰਾ ਸਾਹਿਬ ਦੀ ਸਰਾਂ ਦੇ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਉੱਥੇ ਦੇ ਜਿਹੜੇ ਇੰਚਾਰਜ ਹੈ ਇਹਨਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਔਰ ਕਿਹਾ ਕਿ ਇਸ ਤਰ੍ਹਾਂ ਸਾਡਾ ਬੈਗ ਸੀ, ਉਹਨਾਂ ਨੇ ਕਿਹਾ ਕਿ ਬੈਗ ਦੇ ਵਿੱਚ ਤੁਹਾਡੇ ਕੀ ਹੈਗਾ ਸੀ, ਉਹਨਾਂ ਨੇ ਕਿਹਾ ਜੀ ਕਿ ਸਰ ਮੇਰੇ ਬੈਗ ਦੇ ਵਿੱਚ ਗੁਟਕਾ ਹੈਗਾ ਸੀ ਮਹਾਰਾਜ ਦਾ, ਜੋ ਇਹਨਾਂ ਨੇ ਕਿਹਾ ਕਿ ਉਹ ਗੁਟਕਾ ਸਾਹਿਬ 'ਤੇ ਅਸੀਂ ਜਮ੍ਹਾਂ ਕਰਾਤਾ ਔਫਿਸ ਦੇ ਵਿੱਚ, ਅਤੇ ਉਹਨਾਂ ਦੇ ਬਿਲਕੁਲ ਹੋਸ਼ ਉੱਡ ਗਏ ਔਰ ਫਿਰ ਉਹਨਾਂ ਨੇ ਬਿਲਕੁਲ ਗੱਲ ਕੀਤੀ ਕਿ ਇਹਦੇ ਵਿੱਚ ਮੇਰੇ ਕੁਝ ਪੈਸੇ ਹੈਗੇ ਸੀ, ਔਰ ਜਿਸ ਵਕਤ ਪੁੱਛੇ ਗਏ ਕਿ ਕਿੰਨੇ ਪੈਸੇ ਸੀ ਅਤੇ ਉਹਨਾਂ ਨੇ ਪੈਸੇ ਔਰ ਜਿਹੜਾ ਵੇਰਵਾ ਸੀ ਬੈਗ ਦਾ ਜਦ ਦੱਸਿਆ ਔਰ ਉਹਦੇ ਵਿੱਚ 6,70,000 ਰੁਪਈਆ ਉਹਨਾਂ ਦਾ ਪਿਆ ਸੀ ਜੋ ਆਪਣੇ ਇਲਾਜ ਕਰਨ ਉਸ ਨੂੰ ਲੈ ਕੇ ਆਏ ਸੀ, ਔਰ 1-1 ਰੁਪਈਆ ਗਿਣ ਕੇ ਉਹਨਾਂ ਨੂੰ ਵਾਪਸ ਕੀਤਾ ਗਿਆ, ਔਰ ਉਹਨਾਂ ਨੇ ਜਿੱਥੇ ਮਹਾਰਾਜ ਦਾ ਸ਼ੁਕਰਾਨਾ ਕੀਤਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ੁਕਰਾਨਾ ਕੀਤਾ, ਇਸ ਬੱਚੇ ਨੂੰ ਵੀ ਅਸੀਸਾ ਦੇ ਕੇ ਗਏ ਕਿ ਜਿਹਨੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਸ ਆਪਣੇ ਅਹੁਦਿਆਂ ਦੇ ਆਪਣੀ ਪੋਸਟਾਂ 'ਤੇ ਜਿੱਥੇ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਉਹਦਾ ਉਹਨਾਂ ਨੇ ਮਾਣ ਔਰ ਸਤਿਕਾਰ ਰੱਖਿਆ। ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵੀਰ ਨੂੰ ਜਿੱਥੇ ਸ਼ਾਬਾਸ਼ੀ ਦਿੰਦੇ ਆ ਉੱਥੇ ਧੰਨਵਾਦ ਕਰਦੇ ਹਾਂ ਕਿ ਸਾਰੇ ਜਿਹੜੇ ਇੰਪਲੋਈਜ਼ ਨੇ ਉਹਨਾਂ ਦਾ ਵੀ ਇੰਨੇ ਮਾਣ ਰੱਖਿਆ, ਕਿਉਂਕਿ ਇੱਕ ਦੇ ਉੱਤੇ ਅਗਰ ਇਲਜ਼ਾਮ ਲੱਗਦਾ ਤਾਂ ਸਾਰੀ ਕਮੇਟੀਆਂ ਬਦਨਾਮ ਹੁੰਦੀਆਂ। ਸੋ ਇੰਨੇ ਜੋ ਇੱਜ਼ਤ ਮਾਨ ਰੱਖਿਆ ਆਪਣਾ ਔਰ ਆਪਣੇ ਪਰਿਵਾਰ ਦਾ, ਆਪਣੇ ਬਜ਼ੁਰਗਾਂ ਦਾ, ਉੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿੱਥੇ ਅਸੀਂ ਉਹਦਾ ਧੰਨਵਾਦ ਕਰਦੇ ਹਾਂ, ਉਹਨੂੰ ਸ਼ਾਬਾਸ਼ੀ ਦਿੰਦੇ ਹਾਂ। ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 11,000 ਰੁਪਏ ਬਤੌਰ ਇਨਾਮ ਵੀ ਇਹਨੂੰ ਦੇਣ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।